subscribe to our youtube channel and press the bell icon for the latest updates ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਭੀਕਾਲ ਅੱਜ ਆਪਾਂ ਫੇਰ ਪੰਜਾਬ ਫਾਰਮਰ ਦੇ ਤਹਿਤ ਆਰਗੈਨਿਕ ਫਾਰਮਿੰਗ ਤੇ ਫਾਰਮਿੰਗ ਦੇ ਵਿੱਚ ਹੋਰ ਕੀ ਸਕੋਪ ਹੈ ਉਹ ਤੇ ਗੱਲਬਾਤ ਕਰਾਂਗੇ ਮੈਂ ਜਿਆਨੀ ਫਾਰਮਾ ਐ ਇਹ ਫਾਜ਼ਲ ਦਾ ਅਬੋਰ ਦੇ ਵਿਚਾਲੇ ਜੇ ਪੈਂਦਾ ਹੈ ਤਾਂ ਸਾਡੇ ਮਹਿਮਾਨ ਨੇ ਵਿਨੋਦ ਜਿਆਣੀ ਜੀ ਤੇ ਨਾਲ ਉਹਨਾਂ ਦੀ ਵਾਈਫ இந்து ਜਿਆਣੀ ਕਿਉਂਕਿ ਜਿਹੜੀਆਂ ਸਵਾਣੀਆਂ ਉਹ ਵੀ ਘਰ ਦੇ ਅੰਦਰ ਹੀ ਕੈਦ ਰਹਿ ਹੋ ਗਈਆਂ ਤੇ ਖੇਤੀ ਨੂੰ ਡਿਵੈਲਪ ਕਰਨ ਵਾਸਤੇ ਸਵਾਣੀ ਤੇ ਕਿਸਾਨ ਇਕੱਠੇ ਹੋਣੀ ਬੜੀ ਜ਼ਰੂਰੀ ਹੈ ਸੋ ਇਸ ਇਕੱਠ ਚ ਕੀ ਕੀਤਾ ਜਾ ਸਕਦਾ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਫਿਰ ਇਹਨਾਂ ਤੋਂ ਹੀ ਜਾਣਾਂਗੇ ਆਰਗੈਨਿਕ ਫਾਰਮਿੰਗ ਫਾਰਮਿੰਗ ਨੂੰ ਇੱਕ ਟੂਰਿਜ਼ਮ ਦੇ ਨਾਲ ਜੋੜਨਾ ਦਿਨਾਰ ਨਾਲ ਕਿਸਾਨੀ ਦੇ ਨਾਲ ਸਵਾਨੀ ਦਾ ਕੀ ਕੰਮ ਹੈ ਇਹ ਜਾਣਾਂਗੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਰਗੈਨਿਕ ਫਾਰਮਿੰਗ ਕਦੋਂ ਸ਼ੁਰੂ ਕੀਤੀ ਤੇ ਕਿਉਂ ਅਸੀਂ 2005 21 ਨਵੰਬਰ ਦੇ ਵਿੱਚ ਕੁਦਰਤੀ ਖੇਤੀ ਤੇ ਸ਼ੁਰੂ ਕੀਤੀ ਸੀ ਤਾਂ ਉਸ ਤੋਂ ਪਹਿਲੇ ਕਾਰਨ ਮੇਨ ਵੱਡੀ ਗੱਲਾ ਸੀ ਕਿ ਪਹਿਲੇ ਕੈਮੀਕਲ ਖੇਤੀ ਕਰਦੇ ਸੀ ਅਸੀਂ ਪੰਜਾਬ ਦੇ ਅੰਦਰ 1975 ਛੇਤੇ ਦੇ ਅੰਦਰ 에ਰੀਅਲ ਸਪਰੇ ਹੁੰਦੀ ਸੀ ਤਾਂਜਾ ਨਾਲ ਉਹਨਾਂ ਦਾ ਹੈੱਡਕ quarter ਸੀ ਆਜਾ ਇੱਥੇ 2-3 ਸਾਲ ਲਗਾਤਾਰ ਹੈਲੀਕਾਪਟਰ ਗਲਾਈਡਰ ਆਏ ਜਿਹਨੇ ਬਾਕੀ ਪੂਰੇ ਪੰਜਾਬ ਦੇ ਇੱਕ ਕੈਮੀਕਲ ਸਪਰੇਅ ਕਰਕੇ ਆਂਦੇ ਸੀ ਤੇ ਅਸੀਂ ਛੋਟੇ-ਛੋਟੇ ਉਹਨਾਂ ਦੇ ਹੈਲੀਕਾਪਟਰ ਨਾਲ ਰਾਈਡ ਵੀ ਲੈਂਦੇ ਸੀ ਕਿਉਂ 2-3 ਸਾਲ ਲਗਾਤਾਰ ਇੱਥੇ ਰਹੀ ਇਸੇ ਥਾਂ ਤੇ। ਔਰ ਮੈਂ ਵੀ ਖੇਤੀ ਸ਼ੁਰੂ ਕੀਤੀ ਤੇ ਬੜੀ ਸੋਹਣੀ ਖੇਤੀ ਕਰਦਾ ਸੀ। ਜਦ ਬੀਟੀ ਕਾਟਨ ਆਇਆ ਸੀ 2002 ਦੇ ਅੰਦਰ ਪਹਿਲੇ ਫਾਰਮਰ ਸੀ ਮੈਂ ਬੀਜੇ ਸੀ। ਬਟ ਮੈਂ ਕੈਮੀਕਲ ਆ ਵੇਖਿਆ ਸੀ ਵੀ 2005 ਦੇ ਅੰਦਰ ਆਏ ਐਵਰੀ ইয়ার ਦੂਜੇ ਦਿਨ ਕਿਸਾਨ ਮੰਡੀ ਜਾਓ, ਸਪਰੇਅ ਲੈ ਕੇ ਆਓ, ਅੱਜ ਖਾਦ ਲੈ ਕੇ ਆਓ, ਅੱਜ ਬੀਜ ਖਰੀਦ ਕੇ ਲੈ ਕੇ ਔਰ ਜਿਹੜੇ ਮੇਰੇ ਖੇਤ ਦੇ ਅੰਦਰ ਜਿਹੜੇ ਸਾਡੇ ਕਰਮਚਾਰੀ ਸੀ ਇੱਕੇ ਸੱਤ ਦਿਨਾਂ ਦੇ ਅੰਦਰ ਪੂਰੇ ਖੇਤ ਨੂੰ ਸਪਰੇਅ ਕਰੇ ਫਿਰ ਉਹਨੂੰ ਫੇਰ ਦੁਬਾਰਾ ਲੱਗ ਜਾਈ ਫਿਰ ਮੈਂ ਸ਼ਾਮ ਨੂੰ ਬੜਾ ਚਿੰਤਾ ਗੋਦ ਵੀ ਇਹਨਾਂ ਨੂੰ ਕੁਝ ਨਸ਼ਾ ਚੜ ਜਾਏ ਓਰ ਹੋ ਜਾਏ ਬਿਚਾਰੇ ਕਿਸੇ ਦੇ ਪੁੱਤੇ ਕਿਸੇ ਦੇ ਹਸਬੰਦ ਨੇ ਸਾਡੇ ਕੰਮ ਕਰ ਰਹੇ ਆ ਸ਼ਾਮ ਦਾ ਬੜਾ ਧਿਆਨ ਲੱਗਦਾ ਸੀ ਉਹਨਾਂ ਨੂੰ ਨਿੰਬੂ ਦੇਣਾ ਸਾਬਣ ਦੇਣੀ ਉਹਨਾਂ ਦਾ ਖਿਆਲ ਰੱਖਣਾ ਪੇਰੀਕੇ ਮੀਟਿੰਗ ਹੋਈ ਤੇ ਫਾਲਕਾ ਦੇ ਅੰਦਰ ਕੇਵੀਐਮ ਦੇ ਥਰੂ ਖੇਤੀਬਾੜੀ ਸਬਮਿਸ਼ਨ ਤੇ ਉੱਥੇ ਮਨੋਰ ਬਾਪਰੂਚਰੇ ਜੀ ਆਏ ਸੀ ਕ੍ਰਿਸ਼ਨ ਜਾਕਰ ਜੀ ਆਏ ਸੀ ਉਮਿੰਦਰ ਜੱਜ ਜੀ ਸੀ ਉਹ ਮੀਟਿੰਗ ਦੇ ਅਟੈਂਡ ਕਰੇ ਇੱਕਦਮ ਦਿਮਾਗ ਤੇ ਕਲਿੱਕ ਹੋਇਆ ਵੀ ਆ ਕੈਮੀਕਲ ਦੇ ਪਿੱਛੇ ਛੱਡ ਦੋ ਹਮੇਸ਼ਾ ਵਾਸਤੇ ਇਹਦਾ ਕੋਈ ਅੰਤ ਨਹੀਂ ਹੈ ਕਿ ਮੈਂ ਇੱਕ ਦਿਨ ਦੇ ਅੰਦਰ 130 ਕਿਲੇ ਦਾ ਖੇਤ ਹੈ ਮੇਰੇ 21 ਨਵੰਬਰ 2015 ਦੇ ਅੰਦਰ ਜਿਹੜੇ ਕੈਮੀਕਲ ਸੀ ਮੇਰੇ ਖੇਤ ਦੇ ਅੰਦਰ ਸਾਰੇ ਬਾਹਰ ਕਰਤੇ ਇਵਨ ਇੱਥੇ ਅਭ ਚੂਹੇ ਮਾਰਨ ਵਾਲੀ ਦਵਾਈ ਹੈ ਉਹ ਵੀ ਬਾਹਰ ਸਿੱਟਤੀ ਫਸਲਾਂ ਕੀ ਕੀ ਸ਼ਿਫਟ ਕੀਤੀਆਂ ਅੱਛਾ ਮੈਂ ਕੋਈ ਤਿਆਰੀ ਨਹੀਂ ਕੀਤੀ ਮੈਂ ਕੁਦਰਤੀ ਖੇਤੀ ਕਰਨੀ ਇੱਕ ਮੀਟਿੰਗ ਦੇ ਅੰਦਰ ਹੀ ਆ ਪ੍ਰਭਾਵ ਜਿਹੜੇ ਸਮਝ ਲਓ ਗੁਰੂ ਮਹਾਰਾਜ ਦੀ ਕਿਰਪਾ ਸੀ ਉਹ ਕਿਰਪਾ ਨਾਲ ਹੀ ਇੱਕਦਮ ਮੈਂ ਖੇਤੀ ਦੇ ਅੰਦਰ ਆਇਆ ਤੇ ਦਿੱਕਤਾਂ ਤੇ ਵੀ ਕੋਈ ਤਿਆਰੀ ਵੀ ਨਹੀਂ ਕੀਤੀ ਜੇ ਵੀ ਖੇਤੀ ਕਿਵੇਂ ਹੋਏਗੀ ਕੁਦਰਤੀ ਖੇਤੀ ਕਰਨੀ ਹੈ ਉਹਦੇ ਖੇਤੀ ਕਰਨ ਦੇ ਬਾਅਦ ਉਮਿੰਦਰ ਦੇ ਖੇਤੀ ਵਿਰਾਸਤ ਮਿਸ਼ਨ ਵਕਫ ਦੇਸ਼ਾਂ ਤੋਂ ਪੂਰੇ ਪੰਜਾਬ ਦੇ ਹੋਂ ਅਰੇ ਬਾਕੀ ਪੂਰੇ ਇੰਡੀਆ ਦੇ ਅੰਦਰੋਂ ਕਾਫੀ ਵਿਦਵਾਨ ਕਿਸਾਨ ਆਏ ਜਿਹੜੀ ਕੁਦਰਤੀ ਖੇਤੀ ਦੀ ਗੱਲਾਂ ਕਰਦੇ ਇਥੇ ਮੀਟਿੰਗ ਵੀ ਹੁੰਦੀ ਰਹੀ ਔਰ ਮੈਂ ਖੁਦ ਫਾਰਮਰਸ ਨੂੰ ਆਪ ਮਹਾਰਾਸ਼ਟਾ ਗੁਜਰਾਤ ਰਾਜਸਥਾਨ ਕਈ ਫਾਰਮਰ ਵਿਜ਼ਿਟ ਕੀਤੀ ਜਿਹੜੇ ਆਲਰੇਡੀ ਕੁਦਰਤੀ ਖੇਤੀ ਕਰਦੇ ਸੀ ਕੋ ਉਸ ਟਾਈਮ ਪੰਜਾਬ ਦੇ ਅੰਦਰ ਥੋੜੇ ਬਹੁਤ ਕਿਸਾਨ ਇੱਕ ਦੋ ਦੋ ਕਿਲੇ ਦੇ ਅੰਦਰ ਖੇਤੀ ਕਰ ਰਹੇ ਸੀ ਕੁਦਰਤੀ ਵੱਡੇ ਸਟਰ ਤੇ ਕੋਈ ਨਹੀਂ ਕਰ ਰਿਹਾ ਸੀ ਫਿਰ ਧੀਰੇ ਧੀਰੇ ਚੈਲੰਜਸ ਆਈ ਕਿਉਂ ਅਸੀਂ ਬੀਜ ਨੂੰ ਵੀ ਬਚਾਣਾ ਸੀ ਸਾਰੇ ਹਾਈਬ੍ਰਿਡ ਬੀਜ ਆਣ ਲੱਗੇ ਬੀਟੀ ਕਾਟਨ ਆ ਗਈ ਸੀ ਅਸੀਂ ਉਹਨਾਂ ਦੇ ਵੀ ਖਿਲਾਫ ਸੀ ਤੋ ਦੇਸੀ ਬੀਜ ਇਕੱਠੇ ਕਰਨੇ ਉਹ ਇੱਕ ਬਹੁਤ ਵੱਡੀ ਚੈਲੰਜ ਸੀ ਤੋ ਦੇਸ਼ ਬਰੋਂ ਮੈਂ ਦੇਸੀ ਬੀਜ ਮੰਗਾਈ ਕਨਕ ਕਨਕ ਦੇ ਬੀਜ ਆਉਣ ਜਾਨੇ ਮੈਂ ਬੰਸੀ ਬੀਜ ਰਹਾਂ 1482 ਇਹ ਨਰਮੇ ਦੇ ਦੇਸੀ ਬੀਜ ਮੱਕੀ ਦਾ ਦੇਸੀ ਬੀਜ ਬਾਜਰੀ ਇਹ ਸਾਰੀ ਚੀਜ਼ਾਂ ਇਕੱਠੀ ਕੀਤੀ ਟਾਈਮ ਤੇ ਸ਼ਿਫਟ ਕਰ ਲਿਆ ਸੀ ਆਪਦਾ ਖੇਤ ਆਰਗੈਨਿਕ ਬੀਜਾਂ ਵਾਲੇ ਜਾਂ ਫਸਲਾਂ ਜਿਹੜੇ ਕੁਦਰਤੀ ਖੇਤੀ ਤੋਂ ਇੱਕ ਦਿਨ ਦੇ ਅੰਦਰ ਸ਼ੂ ਕੀਤੀ ਬਟ ਜਿਹੜੇ ਤੁਸੀਂ ਕਹਿੰਦੇ ਹੋ ਵੀ ਸਫਲ ਕਿਵੇਂ ਹੋਏ ਆ ਧੀਰੇ ਧੀਰੇ ਸਫਲ ਹੋ ਗਿਆ ਜਿਹੜੇ ਕਾਟਾ ਲੱਗਦਾ ਸੀ ਹੈ ਪਹਿਲੇ ਪਹਿਲੇ ਤੋ ਅਸੀਂ ਕਨਕ ਜਿਹੜੀ ਥੋੜੀ ਪੈਦਾ ਹੋਣ ਦੀ ਸੀ ਬਟ ਸਾਡੇ ਇਵੇਂ ਥੋੜੀ ਮਸ਼ਹੂਰੀ ਆ ਗਈ ਕੋਈ ਟੀਵੀ ਟੀਵੀ ਨੇ ਮਿਊਸੀਪਲ ਨੇ ਕਵਰ ਵੀ ਕੀਤਾ ਸਾਡੇ ਗ੍ਰਹਿ ਕਰਨ ਲੱਗੇ ਤਾਂ ਅਸੀਂ ਡਾਇਰੈਕਟ ਕਸਟਮਰ ਨੂੰ ਕਣਕ ਵੇਚਣ ਲੱਗੇ ਥੋੜਾ ਪ੍ਰੀਮੀਅਮ ਦੇ ਉੱਤੇ ਆਮ ਕਣਕ ਜਾਨ ਉਸ ਟਾਈਮ ਉਹੀ ਰੇਟ ਆ ਜਿਹੜਾ ਉਹ ਮਿਲਣ ਲੱਗ ਗਿਆ ਹਾਓ ਰੇਟ ਜਾਨਾ ਆਮ ਕਣਕ ਉੱਤੇ 1200 बिकਦੀ ਸੀ ਅਸੀਂ 2500 ਦੇਣ ਲੱਗੇ ਆ 2005 ਦੀ ਗੱਲੇ ਤੇ ਹੁਣ ਸਾਡੇ ਸਾਡੇ 5000 ਸਾਡੇ 4000 ਨੂੰ ਕਣਕ ਜਾਂਦੀ ਏ ਅਸੀਂ ਹੁਣ ਰੇਟ ਥੋੜਾ ਘਟਾਦੇ ਕਿਉਂ ਪ੍ਰੋਡਕਸ਼ਨ ਸਾਡਾ ਵੱਧ ਜੇ ਤੇ ਸ਼ੁਰੂ ਦੇ ਵਿੱਚ ਫਿਰ ਦੂਜੀ ਜਦ ਕਾਟੇ ਨੂੰ ਕੀ ਸੈਨ ਕੀਤਾ ਵੀ ਅਸੀਂ ਅੱਜ ਪੂਰੇ ਪੰਜਾਬ ਨੂੰ ਕਿ ਅਸੀਂ ਡਾਇਰੈਕਟ ਕੰਜ਼ਿਊਮਰ ਨੂੰ ਦੇਣ ਲੱਗੇ ਔਰ ਪਹਿਲੇ ਪ੍ਰੋਡਕਟ ਸਾਡਾ ਸੀ ਸਰੋਂ ਦਾ ਤੇਲ ਤੇ ਸਰੋਂ ਜਿਹੜੇ ਇੱਥੇ ਵਿਜੀ ਸੀ ਉਹਦਾ ਤੇਲ ਕਢਾ ਕੇ ਅਸੀਂ ਲੋਕਾਂ ਨੂੰ ਵੇਚਣ ਲੱਗੇ ਕਲਕ ਡਾਇਰੈਕਟ ਵੇਚਣ ਲੱਗੇ ਫਿਰ ਆਕਾ ਵੇਚਣ ਆਕਾ ਵੀ ਮਾਰਕੀਟਿੰਗ ਕਰਨ ਲੱਗੇ ਧੀਰੇ ਧੀਰੇ ਕਿੰਨੂ ਹੈ ਕਿੰਨੂ ਦੀ ਸਕੁਐਸ਼ ਬਣਾਲੀ ਗੁਲਾਬ ਦੀ ਸ਼ਰਬਤ ਬਣਾਲੀ ਉਹ ਸਾਰੇ ਮਿਸਿਸ ਦਾ ਸਾਰਿਆਂ ਦਾ ਸਾਡਾ ਰੋਲ ਸੀ ਵੀ ਪ੍ਰੋਸੈਸਿੰਗ ਨਾਲ ਨਾਲ ਕਰ ਲਿਆ ਜਿਹੜਾ ਲੌਸ ਸੀ ਜਾਂ ਢਾੜਕਟ ਸੀ ਪਹਿਲੇ ਇਨੀਸ਼ੀਅਲੀ ਯਰਸ ਦੇ ਵਿੱਚ ਉਹ ਧੀਰੇ ਉਹ ਨੂੰ ਕਵਰ ਕਰ ਲਿਆ ਡਾਇਰੈਕਟ ਮਾਰਕੀਟਿੰਗ ਵਾਸਤੇ ਤੁਹਾਡੇ ਕੋਲੇ ਕੀ ਕੀ ਫਸਲਾਂ ਹਨ ਸਾਰੇ ਖੇਤ ਦੇ ਵਿੱਚ ਕਿਸ ਤਰ੍ਹਾਂ ਵੰਡਿਆ ਹੋਇਆ ਹੈ ਖੇਤ ਅਸੀਂ ਜਿਹੜੇ ਮਾਡਲ ਆ ਇੱਕ ਬੜਾ ਸੋਹਣਾ ਮਾਡਲ ਬਣਾਇਆ ਹੈ ਅਸੀਂ ਸੋਇਂਗ ਅਕੋਰਡਿੰਗ ਟੂ ਕਿਚਨ ਸਾਨੇ ਸੋਈ ਦੇ ਅੰਦਰ ਜਿਹੜੀ ਲੋਡ ਪੈਂਦੀ ਹੈ ਉਸ ਅਕੋਰਡਿੰਗਲੀ ਖੇਤ ਦੇ ਅੰਦਰ ਜਾਣੇ ਸਾਲ ਦੇ ਅੰਦਰ ਹਲਦੀ ਦੀ ਬੜੀ ਕੰਮ ਲੋਡ ਪੈਂਦੀ ਹੈ ਅਸੀਂ ਕਿਹਲੇ ਹਲਦੀ ਵੇਚਦੇ ਹਾਂ ਸਾਨੂੰ ਚੀਨੀ ਦੀ ਲੋਡ ਪੈਂਦੀ ਹੈ ਤਾਂ ਅਸੀਂ 5-6 ਕੇ ਲਈ ਗੁੜ ਵੇਚਦੇ ਗੁਆ ਗੰਨਾ ਵੇਚਦੇ ਉਹਦਾ ਗੁੜ ਸ਼ੱਕਰ ਬ੍ਰਾਊਨ ਸ਼ੁਕਰ ਆਪ ਦੇ ਵਾਸਤੇ ਲਈ ਬਾਕੀ ਵੇਚ ਲੈਂਦੇ ਆਂ ਇਵੇਂ ਥੋੜੇ ਏਰੀਆ ਦੇ ਸਬਜ਼ੀ ਲੱਗੀ 32 ਪ੍ਰਕਾਰ ਦੇ ਮੇਰੇ ਫਲਾਂ ਦੇ ਬੂਟੇ ਠੱਟੀ ਟੂ ਟਾਈਪਸ ਤੋਂ ਫਲਾਂ ਦੇ ਬੂਟੇ ਅਸੀਂ ਡਾਇਰੈਕਟ ਵੀ ਵੇਚਦੇ ਆਂ ਸਾਰਾ ਪ੍ਰੋਸੈਸ ਵੀ ਕਰਦੇ ਆਂ ਜਾਨੇ ਅੰਜੀਰ ਅੰਜੀਰ ਦਾ ਅਚਾਰ ਬਣਾ ਲੀਆ ਆਂਮਲੇ ਆਂ ਆਮਲੇ ਦੇ ਬੜੇ ਪ੍ਰੋਡਕਟਸ ਬਣਾਉਂਦੇ ਆਂ ਕਿਨੂ ਦਾ ਸਕਵੇਸ਼ ਬਣ ਗਿਆ ਅਮਰੂਦ ਹੈ ਇਵੇਂ 32 ਪ੍ਰਾਈਮ ਫਰੂਟਸ ਹੋ ਗਏ ਔਰ ਬਾਕੀ ਵਦਨਾ 50 ਪ੍ਰਕਾਰ ਦੀ ਹੋਰ ਫਸਲ ਹੈ ਮੇਰੇ ਖੇਤ ਦੇ ਅੰਦਰ ਅਸੀਂ ਜ਼ਿਆਦਾ ਨਹੀਂ ਵੀ ਸੀ ਮੂੰਗੀ ਹੈ ਪੰਚਨ ਜੀ ਦਾਲਾਂ ਵੀ ਹੋ ਗਈ ਮੂੰਗ ਹੈ ਮੋਠ ਹੈ ਮੈਂ ਉਰਦੇ اور ਚਨੇ ਮਸਰੇ ਅਰਰੇ ਛੇ ਪ੍ਰਕਾਰ ਦੀਆਂ ਦਾਲਾਂ ਹੋ ਗਈ ਤੇਲ ਐ ਸਰੋਂ ਦਾ ਹੋ ਗਿਆ ਤਿਲ ਦਾ ਹੋ ਗਿਆ ਪੀਲੀ ਸਰਸੋਂ ਦੀ ਫਿਰ ਖੇਤੀ ਨੂੰ ਸਰਵਾਈਵ ਕਰਨ ਵਾਸਤੇ ਪਸ਼ੂਧਨ ਦੀ ਲੋੜ ਹੈ विदाਊਟ ਲਾਈਸਟਾਕ ਯੂ ਕੈਨਟ ਡੂ ਗੁੱਡ ਫਾਰਮਿੰਗ ਤਾਂ ਲਾਈਸਟਾਕ ਹੋਈ ਤੁਹਾਡੇ ਕੋਲ ਮੱਝ ਹੋਈ ਗائے ਹੋਈ ਬੱਕਰੀ ਹੋਈ ਜਾਂ ਜੰਗਲੀ ਜੀਵ ਜੰਤੂ ਹੋਏ ਤਾਂ ਸਾਡੇ ਕੋਲ ਦੇਸੀ ਸੱਤ ਗਾਇਆਂ ਗਾਇਆਂ ਦਾ ਦੁੱਧ ਅਸੀਂ ਦੁੱਧ ਨਹੀਂ ਵੇਚਦੇ ਦੁੱਧ ਆ ਜਿਹੜੇ ਪ੍ਰਾਣੇ ਦੇਸੀ ਤਰੀਕੇ ਨਾਲ ਦੇਈ ਜਮਾ ਕੇ ਰਿਡਕੇ ਮੱਖਣ ਕੱਢ ਕੇ ਮੱਖਣ ਦੇ ਕੋਕੜ ਕੇ ਕਿਉਂ ਵੇਚਦੇ ਆ ਲੱਸੀ ਸਾਡੇ ਕੰਮ ਆ ਜਾਂਦੀ ਅਸੀਂ ਪੀ ਲੈਂਦੇ ਸਾਡੇ ਗਾਏ ਨੂੰ ਪਿਆਂਦੇ ਆ ਸਾਡੇ ਸਟਾਫ ਕਰਮਚਾਰੀ ਸਾਰਿਆਂ ਨੂੰ ਲੱਸੀ ਮਿਲਦੀ ਏ ਤੋਂ ਉਹ ਗਾਇਆਂ ਦਾ ਜਿਹੜੇ ਦੁੱਧ ਇਹਦੇ ਨਾਲ ਇੱਕ ਦਾਦਾ ਕੀਮਤ ਉਹਦੇ ਗੋਵੇ ਦੀ गोबर ਦੀ ਗਾਇ ਦਾ ਜਿਹੜਾ ਗੋਬਰ ਹੈ ਉਹਦੇ ਅੰਦਰ ਜਿਹੜੇ ਸਾਰੇ ਜੀਵਨੂ ਹੈ ਇਸ ਰਿਸਤ ਨੂੰ ਜਿਹੜੇ ਤਿਲਾ ਰਹੇ ਜਦ ਹੀ ਗਾਇ ਨੂੰ ਮੱਤ ਕੇ ਜਾਂਦੇ ਵਿਚਾਰੀ ਟਾਈਮ ਤੋਂ ਦੇਸੀ ਗਾਇਆਂ ਸਾਡੀ ਅਸੀਂ ਖੁੱਲੀ ਰੱਖਦੇ ਆ ਆਪਣੇ ਤਰੀਕੇ ਨਾਲ ਖੇਤ ਦੇ ਅੰਦਰ ਜਿਵੇਂ ਜਿਵੇਂ ਕੋ ਅਲੱਗ-ਅਲੱਗ ਫਸਲਾਂ ਵੀ ਜਾਂ ਤਾਂ ਸਾਡੇ ਖੇਤ ਹਰ ਮੈਨੇ ਕੋਈ ਨਾ ਕੋਈ ਫਸਲ ਸਾਡੇ ਕੋਲ ਆਂਦੀ ਹੈ ਖੇਤ ਵਿਲ ਹੁੰਦੇ ਹੈ ਤਾਂ ਗਾਏ ਖੁੱਲੀ ਚਰ ਕੇ ਆਂਦੀ ਹੈ ਉਹ ਖੇਤ ਦੇ ਅੰਦਰ ਜਾਈ ਉੱਥੇ ਗੋਬਰ ਮਲ ਮੂਤਰ ਛਾਗੇਗੀ ਉਹ ਜ਼ਮੀਨ ਤਗੜੀ ਹੋ ਜਾਂਦੀ ਹੈ ਬਾਕੀ ਗੋਬਰ ਦਾ ਅਸੀਂ ਜੀਵ ਅਮਰਿਤ ਬਣਾ ਕੇ ਵੀ ਛੁਰੂ-ਛੁਰੂ ਦੀ ਪਾਣਾ ਪੈਂਦੇ ਸੀ ਜ਼ਮੀਨ ਕੋ ਸਾਰੀ ਡੈਡ ਸੀ ਪੰਜਾਬ ਦੀ ਜ਼ਮੀਨਾਂ ਡੈਡ ਸੀ ਉਹ ਰਵਾਈਵ ਕਰਨ ਵਾਸਤੇ ਗਾਇਆਂ ਦਾ ਬੜਾ ਇੰਪੋਰਟੈਂਟ ਰੋਲ ਹੈ ਫਿਰ ਇਹ ਦੂਜਾ ਪੈਨ ਖੇਤੀ ਦੇ ਵਿੱਚ ਰੁੱਖਾਂ ਦਾ ਬਹੁਤ ਕੜਾ ਰੋਲ ਹੈ ਅੱਜੇ ਕੋਈ ਵੀ ਮੈਨੂੰ ਸੋਚਦੇ ਅੱਜ ਤੋਂ ਮੈਂ ਕੋਈ ਮੈਨੂੰ ਤਾਂ ਹੁਣ 15 ਸਾਲ ਲੱਗੇ ਇਹ ਕੈਮੀਕਲ ਜ਼ਹਿਰ ਮੁਕਤ ਕਰਕੇ ਹੁਣ ਮੇਰਾ ਸਾਰੂ ਰਿਚ ਸੋਇਲ ਹੋ ਗਿਆ ਪੂਰੇ ਪੰਜਾਬ ਦੇ ਅੰਦਰ ਪੂਰੇ ਖੇਤ ਦੇ 1.3 ਆਰਗੈਨਿਕ ਕਾਰਬਨ ਆ ਗਿਆ ਪੀ ਐਚ 7 ਆ ਗਿਆ ਰਿਚਸ ਸੋਇਲ ਵਨ ਆਫ ਦਿ ਰਿਚਸ ਸੋਇਲ ਇਨ ਨਾਰਥ ਇੰਡੀਆ ਆ 15 16 ਸਾਲ ਲੱਗੇ ਪਰ ਹੁਣ ਨਵਾਂ ਕਿਸਾਨ ਕੋਈ ਸ਼ੁਰੂ ਕਰੇ ਆ 5 ਸਾਲ ਦੇ ਅੰਦਰ ਅਚੀਵ ਕਰ ਸਕਦੇ ਜਿਹੜਾ ਮੈਨੂੰ 16 ਸਾਲ ਲੱਗੇ ਕਿਉਂ ਉਸ ਟਾਈਮ ਮੇਰੇ ਕੋਲ ਤਰਜਵਾ ਨਹੀਂ ਸੀ ਔਰ ਇਨਾ ਗਿਆਨ ਨਹੀਂ ਸੀ ਹੁਣ ਤਾਂ ਜਿੰਨਾ ਖੇਤ ਦੇ ਅੰਦਰ ਤੁਸੀਂ ਰੁਖ ਲਾਓਗੇ ਜਿੰਨੇ ਰੁੱਖ ਹੋਣਗੇ ਉਨੇ ਪੰਛੀ ਆਣਗੇ ਅ ਪੰਛੀ ਤਕ ਲਗਭਗ 95% ਆਫ ਦਾ ਪੰਛੀ ਜਿਹੜੇ ਚਿੜੀਆਂ ਆ ਨਾਨ ਵੇਜੇ ਉਹ ਕੀੜੇ ਮਕੋੜੇ ਨੂੰ ਕੰਟਰੋਲ ਕਰਦੇ ਐਵੇਂ ਕਾਊਟ ਹੈ ਨਾ ਜੀਵ ਨੂੰ ਜੀਵੀ ਕੰਟਰੋਲ ਕਰਦੇ ਤੇ ਉਹ ਸਾਰੇ ਕੰਟਰੋਲ ਕਰਦੇ ਆ ਪੰਛੀ ਜਿਹੜੇ ਵਿਸ਼ਟਾ ਕਰਦੇ ਆਪਣੇ ਕੋਈ ਅਨਾਜ ਵੀ ਖਾਲੇ ਕੀੜੇ ਮਕੋੜੇ ਖਾਲੇ ਉਹ ਹਾਈ ਫਾਸਫਰਸ ਹੁੰਦੀ ਹੈ ਔਰ ਨਾਈਟ੍ਰੋਨ ਵਾਸਤੇ ਅਸੀਂ ਫਸਲ ਚੱਕਰ ਆ ਫੇ ਪੇੜ ਵੀ ਲਾਤੇ ਜਾਨੇ ਝੰਡੇ ਜੰਡ ਬੜਾ ਸੁਣ ਨਾਈਟ੍ਰੋਨ ਦੇ ਡਰਮ ਸਟਿਕ ਆਗੀ ਸਾਂਜਣਾ ਉਹ ਉਹ ਵੀ ਰੁਕਲਾਤੀ ਖੇਤ ਦੇ ਬਾਰ-ਬਾਰ। ਔਰ ਜਿਹੜੇ ਹਰਬਲ ਪਲਾਂਟਸ ਹੈ ਆ ਉਹ ਵੀ ਕਾਫੀ ਲਾ ਰੱਖੇ ਆ ਸੀ। ਤੇ ਇਹ ਫਸਲ ਪੂਰੇ ਨੇਚਰ ਨੂੰ ਦੇ ਦੇ 66 ਸਰਕਲ ਹੈ ਨੇਚਰ ਨੂੰ ਇਕੋਲੋਜੀ ਸਿਸਟਮ ਮੇਨਟੇਨ ਕਰਕੇ ਅ ਕਿਸਾਨ ਖੇਤੀ ਕਰੇ। ਇੱਕ ਤੋਂ ਇਨਾ ਪ੍ਰਕਾਰ ਦੀ ਫਸਲਾਂ ਹੋ ਜਾਂਦੀ ਏ। ਇੱਕ ਜ਼ਮੀਨ ਰਿਵਾਈਵ ਹੋ ਜਾਂਦੀ ਏ। ਤੁਹਾਡਾ ਆਰਗੈਨਿਕ ਕਾਰਬਨ 1% ਉੱਤੇ ਚਲੇ ਜਾਏ। ਫਿਰ ਹੌਨ ਸਾਢੇ 2 ਸਾਲ ਹੋ ਗਏ 3 ਸਾਲ ਕੋਈ ਪ੍ਰਕਾਰ ਦਾ ਕੀੜਾ ਮਕੌੜਾ ਨਹੀਂ ਲੱਗਦਾ ਪੂਰੀ ਖੇਤੀ ਦੇ ਅੰਦਰ। ਸਾਡੀ ਜ਼ਮੀਨ ਅਸੀਂ ਨਹੀਂ ਸਟਰੋਂਗ ਕਰ ਲਈ। ਹੁਣ ਤੁਹਾਡਾ ਕੀ ਰੋਲ ਹੈ ਕਿਸਾਨੀ ਦੇ ਵਿੱਚ ਇੱਕ ਫਾਰਮਰ ਦੀ ਵਾਈਫ ਦਾ ਕੀ ਰੋਲ ਹੈ ਕੀ ਕੀ ਕਿਹੜਾ ਪਾਰਟ ਸਮਾਂਪਾਪ کہہ ਰਹੇ ਜਿਵੇਂ ਆ ਕਹਿ ਰਹੀ ਸੀ ਕਿ ਵੀ ਪੂਰਾ ਪਰਿਵਾਰ ਲੈ ਕੇ ਚੱਲੋ ਤੁਸੀਂ ਪੂਰਾ ਪਰਿਵਾਰ ਉਹਨੂੰ ਪਹਿਲੇ ਐਵੇਂ ਹੁੰਦਾ ਸੀ ਕਿ ਵੀ ਹਸਬੰਡ ਵੀ ਹੈ ਵਾਈਫ ਵੀ ਹੈ ਬੱਚੇ ਵੀ ਹੈ ਸਾਰੇ ਇਨਵੋਲਡ ਰਹਿੰਦੇ ਸੀ ਫਾਰਮਿੰਗ ਮੈਂ ਅਬ ਧੀਰੇ ਧੀਰੇ ਹੋ ਗਿਆ ਵੀ ਲੇਡੀਜ਼ ਤਾਂ ਖੇਤ ਜੀ ਜਾਂਦੀ ਨਹੀਂ ਕੋਈ ਉਸਕਾ ਇਨਵੋਲਵਮੈਂਟ ਨਹੀਂ ਅਬ ਕਹਿ ਰਹੇ ਜਿਵੇਂ ਆਰਗੈਨਿਕ ਫਾਰਮਿੰਗ ਸਟਾਰਟ ਕੀਤੀ ਤਾਂ ਉਸਮੇ 50% ਰੋਲ ਲੇਡੀਜ਼ ਦਾ ਥਾ ਕਿ ਇਹ ਕਹਿ ਰਹੇ ਜਿਵੇਂ ਗਾਂ ਹੈ गाय को दूध निकालना उसका मक्खन निकालना घी निकालना आज मेरा घी चौबीस सौ रुपये किलो है वर्ल्ड में टॉप है ऑलिव ऑयल कंपनी ने चेक करके उसको कहना पड़ा लास्ट में कि हमारे से आपका घी अच्छा है तो मैं यही बोल रही हूँ भी हमारे पास सबसे अच्छी न्यूट्रिशन चीज़ें आपके पास भारत में अगर ताकतवर चीज़ चाहिए तो वो औरत के हाथ की बनी हुई होती है आप मशीन से जब भी चीज़ निकालो कभी अच्छी नहीं मानी जाती थी अब हाथ से आप चक्के की दाल खा रहे हो हाथ के चक्के की दाल खा रहे थे पहले पुराने टाइम में मोटा आटा खाते थे मोटे आटे में क्या सारी न्यूट्रिशन आती थी अब हमारी प्रोटीन आयरन सब खत्म हो गए एक तो केमिकल कंपनियों ने ख़त्म कर दी और जो इसका प्रोसेसिंग का तरीका है वो इतना ज़्यादा फ़ास्ट हो गया कि उसमें सारी न्यूट्रिशन जीरो हो जाती है वैक्यूम से तो उसके लिए जरूरी था औरतों के हाथ काम करना पहले जो धीरे धीरे आप मोटी दालें खाते थे मोटी चीज़ें खाते थे उससे आदमी हेल्दी होता था कभी कोई बीमारी नहीं आती थी कोई प्रॉब्लम नहीं आती थी अब धीरे धीरे बीमारियाँ आने लगी बहुत सारी जैसे कीड़े मकोड़े या आप कह रहे जैसे आज कैंसर का बेल्ट कहने लगे इसको क्यों कह रहे कैंसर का बेल्ट क्योंकि आप केमिकल से पैदा कर रहे हो सारा कुछ और आपके घर में भी आप केमिकल खा रहे हो पहले घर में औरतें अपने लिए आटा खुद बनाती थी गेहूं अपना खुद का होता था अब गेहूं आपने सारा मार्केट में दे देना है आपने बाजार से सब रेडीमेड चीज लानी जबकि ऐसा होता था कि सारी चीजें आप खुद बनाओ उसी पैकिंग तक लेके जाने हाँ जी जैसे इन्होंने खेत में जितनी भी चीज़ें पैदा करी चाहे हल्दी से लेके कोई भी चीज़ हो किन्नू है तो किन्नू का मैंने शरबत सीखा जी किन्नू में कई देर रिसर्च की उसके बाद में लास्ट में किन्नू का गुलाब का शरबत बनाया अभी लेटेस्ट मैंने रोज वाटर बनाया गुलाब जल बड़ा इजी तरीका था पर हम लोगों को पता ही नहीं होता अब नेट के थ्रू आपके पास आजकल सारी फैसिलिटी है अब रोज़ वाटर बनाया अब हमें पता चला कि रोज़ वाटर आपका इतना कन्वीन था आपके पास इतना गुलाब है इतनी चीज़ें हैं आप अपना बना नहीं सकते हो अब मेरे पास एग्रीकल्चर की बच्चे आती हैं उन, उन सबको मैं सिखाती हूँ अब कई बच्चे एलोवेरा साबुन बना रही है शैम्पू बना रही है मैंने ये बोला कि आप होम इंडस्ट्री लगाओ गांधी फिलासफी में लघु कुटीर उद्योग क्यों कहा गया था दिन स्वामी रामदेव जी से भी इस बात पे टॉपिक हुए उन्होंने बोला देखो हम तो मल्टीनेशनल नेशनल कंपनियों के कंपटीशन में बैठे हैं आप जो गांव में रह रहे हो छोटे लघु कुटीर उद्योग लगाओ अगर आपकी चीज़ हमसे भी अच्छी होएगी तो आपका पड़ोसी खरीद के ले जाएगा जो भी अच्छी चीज़ आज मेरे पास सबसे न्यूट्रिशन चीज़ें हैं अब मेरा घी इंडिया में क्या आप कह रहे हो जैसे कनाडा भी कोई जाएगा तो कहेगा गिफ्ट क्या ले जाना घी ले जाओ जी शायद ले जाओ जितनी वर्ल्ड में न्यूट्रिशन चीज़ आएगी वो सबसे पहले आपका पड़ोसी खरीद के ले जाएगा तो चिबड़ा बारे की अब राजस्थान बैकग्राउंड से है सीधी सी बात है और काचर चिबड़ कह रहे हैं ना जो हमारे यहाँ उसका सबसे ज्यादा आप कह रहे हो जो चटनी बनती है और एमडीएच वालों से मैंने एक दिन पूछा कि आपके माशा जी आप चले जाओगे आपका रास तो दे जाओ मुझे मसालों का राज दे जाओ तो उन्होंने ये मजाक किया कि तुम भी राजस्थान वाले मसालों का राह जाओ मैंने फिर भी बता जाओ कहते मेरे मसाले का सारा बैकग्राउंड चिब्बड़ का मसाला पाउडर खटाई में और ये अपने जो कस्तूरी मेथी यही फ्लेवर है और कोई फ्लेवर नहीं है यही हमारा मेन चीज़ है इसका तो ये जो आप कह रहे हो बेसिक चीज़ें ये चिबड़ होते थे पहले गाँव में आप देखते थे खूब सारी लेडीज आती थी कॉटन प्लकिंग के लिए तो खूब सारे जैसे चिबड़ लिए आए फली लिया आए सब लिया है। ये सूख के आप राजस्थान में तो आज भी केर सांगरी पाँच सौ रुपये किलो है जी। चिबड़ की तरह चिबड़ डाय लेने जाओगे ना आप तो इतना महंगा है क्योंकि सारा एक्सपोर्ट हो रहा है आपके इंडिया में वो चीज़ें रहती नहीं पर आपके पंजाब ने टोटली क्या हो गया ग्रीनरी चीज़ खा ली नॉन वेज खा लिया फ्रेश नहीं जी टमाटर सीजन का है नहीं उनको कोई मतलब नहीं अभी भी मेरे को बोलते है मैंने कहा नहीं अभी सीजनल नहीं आ रहा अपने खेत में है तो ले लो नहीं है तो उसमें खटाई हम लोग चिबड़ की देते थे जैसे आप अमचूर की बोलते हो ना यूपी में अमचूर की देते हैं अबन एरिया में सारी उसकी देते हैं जैसे कड़ी बना रहे हैं हम लोग तो उसकी खटाई थोड़ी सी डाल दी थी चीज़ ये डाल दी तो ये सारी बेसिक चीज़ें ड्राई करके रखनी पड़ती थी ਤੇ ਪ੍ਰੋਸੈਸਿੰਗ ਯੂਨਿਟ ਦਾ ਜੋ ਇਹ ਮਾਸਟਰ ਜੀ ਕਹ ਰਹੇ ਜੋ ਫਸਲ ਆਪਕੇ ਮਸਾਲੇ ਦਾ ਮੇਨ ਹੈਡ ਹੈ ਉਹ ਚਿਪੜ ਇਹਨਾਂ ਨੇ ਪੈਕ ਕਰਤਾ ਮੰਡੀਕਰਨ ਮੇਜਰ ਸਮੱਸਿਆ ਹੈ ਮੰਡੀਕਰਨ ਨੂੰ ਕਿਵੇਂ ਮੈਨੇਜ ਕਰੀਏ ਦੇਖੋ ਜੀ ਅਸੀਂ ਆ ਜਿਹੜੇ 130 ਕਿਲੋ ਦੇ ਅੰਦਰ ਜੇ ਵੀ ਖੇਤੀ ਕਰਿਆ 2005 ਦੇ ਅੰਦਰ ਸੋ ਅਸੀਂ ਸਟਾਰਟਿੰਗ ਫਾਰਮਰ ਸੀ ਬਹੁਤ ਵੱਡੇ ਲੋਕਾਂ ਦੇ ਸਾਹਮਣੇ ਰਿਚ ਲਿਤਾ ਅਸੀਂ ਕੇ ਸਾਡੀ ਕਿਰਪਾ ਹੋਈ ਤੇ ਅੱਜ ਕੇ ਨਾਮ ਬਣ ਗਿਆ ਜਿਹਾ ਫਾਰਮ ਦਾ ਪੂਰਾ ਤੇ ਲੋਕਾਂ ਨੂੰ ਹੁਣ ਪੂਰੇ ਪੰਜਾਬ ਦੇ ਅੰਦਰ ਪੂਰੀ ਇੰਡੀਆ ਦੇ ਅੰਦਰ ਕੋਈ ਵੀ ਚੰਗੀ ਚੀਜ਼ ਦੇ ਜੀਏ ਸਾਨੂੰ ਫੋਨ ਆ ਜਾਂਦੇ ਤੇ ਅਸੀਂ ਉਹਨੂੰ ਡਾਇਰੈਕਟ ਮਾਰਕੀਟਿੰਗ ਫਾਰਮ ਅਸੀਂ ਕਿ ਕੰਜ਼ਿਊਮਰ ਨੂੰ ਦਿੰਦੇ ਅਸੀਂ ਕਿਸੇ ਦੁਕਾਨ ਤੇ ਸਾਮਾਨ ਨਹੀਂ ਰੱਖਦੇ ਅਸੀਂ ਬਾਈ ਬੱਸ ਬਾਈ ਟਰਾਂਸਪੋਰਟ ਉਹਨੂੰ ਪੇ ਦਿੰਦੇ ਆਂ ਬੁੱਝੇ ਸਾਡੇ ਇੱਥੇ ਫਾਰਮ ਟੂਰਿਜ਼ਮ ਹੈ ਤੇ ਫਾਰਮ ਟੂਰਿਜ਼ਮ ਅਸੀਂ ਪੰਜਾਬ ਗੋਮ ਨੇ ਸ਼ੁਰੂ ਕੀਤਾ ਸੀ ਫਾਰਮ ਸਟੇ ਰਿਜ਼ੋਰਟ 2009 ਦੇ ਅੰਦਰ ਸਾਨੂੰ ਅਪਰੂਵਲ ਮਿਲ ਗਿਆ ਔਰ ਟੂਰਿਜ਼ਮ ਦੇ ਵਾਸਤੇ ਬਾਅਦ ਲੋਕੀ ਤੇ ਘੁੰਮਣ ਆਣ ਲੱਗੇ ਤੇ ਉਹ ਵੀ ਤੇ ਸ਼ਾਪਿੰਗ ਕਰਕੇ ਜਾਂਦੇ ਆਂ ਤੋਂ ਸਾਡੇ ਕੇ ਇਹ ਸਮਝ ਲਓ ਵੀ ਇੰਨੇ ਸਾਡੇ ਕਸਟਮਰ ਹੈ ਸਾਨੂੰ ਵੇਚਣ ਦੀ ਸਮਾਨ ਦੀ ਕੋਈ ਦਿੱਕਤ ਨਹੀਂ ਆਉਂਦੀ ਅਸੀਂ ਕਿਵੇਂ ਮੰਨ ਲਈਏ ਵੀ ਤੁਹਾਡਾ ਸਮਾਨ ਆਰਗੈਨਿਕ ਹੈ ਦੇਖੋ ਜੀ ਜਿਹੜਾ ਖਾਏਗਾ ਸਭ ਤੋਂ ਵੱਡਾ ਲੈਬੋਰੀਟਰੀ ਕੀ ਹੈ ਆਦਮੀ ਦੀ ਜੀਬ ਹੈ ਸਾਨੂੰ ਜਿਹੜਾ ਟੇਸਟ ਜੀਬ ਦੇ ਅੰਦਰ ਹੁੰਦੇ ਜਿਹੜਾ ਰੋਟੀ ਖਾਏਗਾ ਕਣਕ ਦੀ ਖਾਏਗਾ ਫਰੂਟ ਖਾਏਗਾ ਉਹਨੂੰ 1 ਮਿੰਟ ਦੇ ਅੰਦਰ ਪਤਾ ਲੱਗ ਜਾਏਗਾ ਵੀ ਆ ਆਰਗੈਨਿਕ ਹੈ ਨਹੀਂ ਹੈ ਹੈ ਤੋ ਖਾਣ ਨੂੰ ਪਤਾ ਲੱਗ ਜਾਂਦੇ ਦੂਜੇ ਸਾਡੇ ਉੱਤੇ ਵਿਸ਼ਵਾਸ ਹੈ ਲੋਕੀ ਸਾਨੂੰ ਦੇ ਖੇਤੀ ਵੇਖਦੇ ਆ ਪੰਛੀ ਵੇਖਦੇ ਆ ਰੁੱਖ ਵੇਖਦੇ ਆ ਉਹਨੂੰ ਪਤਾ ਲੱਗਦਾ ਆਰਗੈਨਿਕ ਹੈ ਸਾਰਾ ਸਾਲ ਕੀ ਕੁਝ ਮੌਜੂਦ ਰਹਿੰਦਾ ਹੈ ਲੋਕਾਂ ਵਾਸਤੇ ਵੀ ਜਿਹੜੀ ਵੀ ਸੀਜ਼ਨ ਦੀ ਚੀਜ਼ ਹੈ ਉਹਨੂੰ ਉਸੇ ਟਾਈਮ ਪ੍ਰੋਸੈਸ ਕਰਦੇ ਅਸੀਂ ਐਵੇਂ ਜਿਆਦਾ ਜਾਣ ਤੁਹਾਨੂੰ ਕਿ 1 ਕਿਲੋ ਹਲਦੀ ਵੇਚ ਜਾਗੇ ਹਲਦੀੋਂ ਕਿੰਨੇ ਅਸੀਂ ਪੈਸੇ ਕਮਾਰੇ ਆ ਬਟ ਅਸੀਂ ਕਿੱਲੇ ਦੇ ਅਸੀਂ ਆਰਾਮ ਨਾਲ ਵੇਚ ਲਾਂਗੇ ਜੇ 5 ਕਿਲੋ ਹਲਦੀ ਵੇਚ ਲਈ ਤਾਂ ਮੇਰਾ ਵਿਕਣਾ ਨਹੀਂ ਸਮਾਨ ਮੈਂ ਗ੍ਰੇਕਲੇ ਲੱਭਦਾ ਫਿਰੂਆ ਮੈਂ ਉੱਥੇ ਜਾਂਦੇ ਹੀ ਨਹੀਂ ਗੰਨਾ ਹੈ ਜਾਣੇ 6 ਕਿਲੋ ਗੰਨਾ ਹੈ ਉਹਨਾਂ ਗੁੜ ਬਣਾ ਲੈਣ ਸੱਕਰ ਵਾਂਣੇ ਜਿਹੜੀ ਸਾਡੀ ਸੇਲ ਹੋ ਜੇ ਐਕਸਟਰਾ ਅਸੀਂ ਬੀਜਦੇ ਹੀ ਨਹੀਂ ਜਾਣੇ ਅਸੀਂ ਵਗੋਂ ਵੇਚਣ ਨੂੰ ਦਿੱਕਤ ਆਈ ਕਣਕੇ ਕੇਸਰੂ ਐ ਸਰਵਾਸੀ 15 ਵੀਕ ਲਈ ਲਾਂਦੇ ਆ ਤਾਂ 200 ਕਾਟਨ ਸਰੂ ਹੋ ਗਈ। ਉਹਦਾ ਤੇਲ ਵਿਕ ਜਾਂਦਾ ਇੱਥੇ। ਔਰ ਜਿਹੜੇ ਖੱਲੇ ਉਹ ਸਾਡੇ ਗਾਇਮਾਤੋਂ ਕਮਾ ਜਾਂਦੀ ਏ। ਦੁੱਧ ਦੀ ਕੁਆਲਟੀ ਆਉਂਦੀ ਏ ਕਿ ਉਹ ਸਾਡੇ ਸੇਲ ਹੋ ਜਾਂਦੇ। ਤੁਸੀਂ ਤਾਂ ਵੱਡੇ ਫਾਰਮਰ ਹੋ। ਛੋਟਾ ਫਾਰਮਰ 2 ਕਿੱਲੇ ਵਾਲਾ, 5 ਕਿੱਲੇ ਵਾਲਾ ਉਹ ਜੇ ਤੁਹਾਡੇ ਵਾਂਗੂ ਖੇਤੀ ਕਰਨੀ ਚਾਹੇ ਉਹ ਕਾਮਯਾਬੀ ਹਾਸਲ ਕਰ ਸਕਦਾ ਏ ਕਿ ਨਹੀਂ? ਸਾਰੋਂ ਜਿਹੜੇ ਪੰਜਾਬ ਦੇ ਅੰਦਰ ਸ਼ਾਇਦ ਵੀ ਕੋਈ ਪਿੰਡ ਬਚਾ ਹੋਏ। ਹੈ ਪਿਛਲੇ ਮੈਂ 2015 ਸ਼ੁਰੂ ਕਰਦੇ ਤੇ ਬੜੇ ਥੋੜੇ ਕਿਸਾਨ ਸੀ। ਅਸ 16 ਸਾਲ ਦੇ ਅੰਦਰ ਸ਼ਾਇਦ ਹੀ ਕੋਈ ਪਿੰਡ ਬੱਚਾ ਜਿੱਥੇ ਜੈਵੀ ਖੇਤੀ ਕੋਈ ਨਾ ਕੋਈ ਨਾ ਕਰ ਰਿਹਾ ਹੋਵੇ। ਔਰ ਕਰ ਰਹੇ ਛੋਟੇ ਸਤਰ ਤੇ। ਜੋ ਵੀ ਕਿਲੇ ਦਾ ਫਾਰਮਰ ਤੋਂ 2 ਕਿਲੇ ਆਵਾਸਥੀ ਕਰ ਰਿਹਾ 1 ਕਿਲੇ ਆਵਾਸਥੀ ਕਰ ਰਿਹਾ। ਹਰ ਪਿੰਡ ਦੇ ਵੀ ਤੁਹਾਨੂੰ 2-4 ਕਿਸਾਨ ਮਿਲ ਜਾਣਗੇ ਜਿਹੜੇ ਛੋਟੇ ਸਤਰ ਤੇ ਜੈਵੀ ਖੇਤੀ ਕਰ ਰਹੇ ਹੈ। ਔਰ ਮੈਜੋਰਟੀ ਆਫ ਫਾਰਮਰ ਇਨ ਪੰਜਾਬ ਜਿਹੜੇ ਕੋਈ 100% ਆਰਗੇਨਿਕ ਫਾਰਮਿੰਗ ਆ ਕੁਦਰਤੀ ਖੇਤੀ ਕਰ ਰਹੇ ਹੈ ਉਹ ਛੋਟੇ ਸਮਾਲ ਸਕیل ਫਾਰਮ ਨੇ। ਕਿਉਂ ਖੇਤੀ ਦੇ ਜਿਹੜੇ ਜੈਵੀ ਖੇਤੀ ਆਪਾਂ ਕਰਾਂਗੇ ਉਸ ਦੇ ਅੰਦਰ ਥੋੜੇ ਮੈਨੂਅਲ ਲੇਬਰ ਚ ਲੇ ਹਾਂ ਬੰਦੇ ਦੀ ਮੈਨਪਾਰ ਚੀਤੀ ਹੈ ਮੈਨਪਾਰ 80 ਤੋਂ ਸੇ ਡਿਪੈਂਡੈਂਟ ਹੈ ਬਾੜ ਦੇ ਸਾਫ ਸਾਰੇ ਕਰਮਚਾਰੀਆਂ ਵਾਸਤੇ ਔਰ ਛੋਟਾ ਫਾਰਮਰ ਖੁਦ ਕਲੇ ਇੱਕ ਪਰਿਵਾਰ ਕਰ ਲੇ ਪੂਰਾ ਪਰਿਵਾਰ ਉਸ ਦੇ ਅੰਦਰ ਲੱਗ ਸਕਦਾ ਹੈ ਔਰ ਦੁਜਾ ਕੋ ਰਸਤੇ ਆਪਣੇ ਪੰਜਾਬ ਦੇ ਸਾਰੇ 100% ਚੋਨਾ ਤੇ ਕਣਕ ਕਰਨ ਲੱਗੇ ਆ ਨਰਮਾ ਕਰਨ ਲੱਗੇ ਹੈ ਆਵਾਸੇ ਨਹੀਂ ਬਿਜਰੇ ਉਹ ਤੇ ਫਾਰਮਰ ਐਵੇਂ ਆ ਵੀ ਸਾਰਾ ਖੁਦ ਸਬਜ਼ੀਆਂ ਵੀ ਬਾਜ਼ਾਰੋਂ ਲੇਗਾ ਅੱਜਕੱਲ ਫਾਰਮਰ ਹੈ ਗਾਂ ਮੱਝ ਰੱਖਣੀ ਛੱਡਦੀ ਦੁੱਧ ਵੀ ਬਾਜ਼ਾਰੋਂ ਖਰੀਦੇਗਾ ਤੋ ਛੋਟੇ ਫਾਰਮਰ ਨੂੰ ਮੇਰਾ ਆਈ ਹੈ ਵੀ ਪਹਿਲੇ ਤੁਸੀਂ ਆਪ ਵਾਸਤੇ ਪੀਜੋ ਇੱਕ ਪਰਿਵਾਰ ਨੂੰ ਜਿਹੜੇ 16 ਗੁੰਤਾ ਖੇਤੀ ਦੇ ਰਿਸਰਚ ਹੋਈ ਹੈ ਵੀ 6 ਕਨਾਲ ਦੀ ਦੇ ਖੇਤੀ ਇੱਕ ਬੰਦਾ ਮਿਹਨਤ ਨਾਲ ਕਰੇ ਤੇ 6 ਬੰਦੇ ਦਾ ਪਰਿਵਾਰ ਵਾਸਤੇ ਉਹਨੂੰ ਬਾਹਰ ਦੀ ਜੀ ਲੋੜ ਨਹੀਂ ਪੈਂਦੀ 6 ਕਨਾਲ ਦੀ 6 ਕਨਾਲ ਦੀ ਇੱਕ ਫੈਮਲੀ ਵਾਸਤੇ ਜੇ 4 ਦਿਨ ਕਿਲੇ ਕਿਸਾਨ ਹੈ 6 ਕਨਾਲ ਦੀ ਆਪ ਵਾਸਤੇ ਵੀ ਦੇ ਪੂਰੇ ਸਮਾਜਿਕ ਦੀ ਰਿਕੁਆਇਰਮੈਂਟ 6 ਕਨਾਲ ਪੂਰੀ ਕਰ ਸਕਦੀ ਹੈ ਉਦੋਂ ਦਾ ਕਣਕ ਵੀ ਆ ਗਈ ਤੁਹਾਡੀ ਦਾਲਾਂ ਵੀ ਆ ਗਈ ਤੇਲ ਵੀ ਆ ਗਿਆ ਸਬਜ਼ੀਆਂ ਵੀ ਆ ਗਈ ਇੱਕ ਪਰਿਵਾਰ ਨੂੰ ਇੱਕ ਨਾਲ ਦੀ ਸਬਜ਼ੀ ਪੂਰੇ ਸਾਲ ਨਹੀਂ ਮੁੱਕਦੀ ਲਸਣ ਆਲੂ ਪਿਆਜ਼ ਬਾਕੀ ਸੀਜ਼ਨਲ ਸਬਜ਼ੀਆਂ ਵਾ ਵੀ ਦੇ ਇੱਕ ਪਰਿਵਾਰ ਨੂੰ ਨਹੀਂ ਮੁੱਕਦੀ ਤੋਂ ਫਾਰਮਰ ਨੂੰ ਉਹੀ ਕਹਿੰਨਾ ਗੌਰਮੈਂਟ ਦੀ ਤਰਫੋਂ ਵੀ ਜਰੂਰੀ ਸਬਸਿਡੀ ਕੈਮੀਕਲ ਨੂੰ ਦੇ ਰਿਓ ਇੱਕ ਕੈਮੀਕਲ ਫਾਰਮਰ ਜਿਹੜਾ ਜ਼ੈਹਰ ਵਾਲਾ ਫਾਰਮਰ ਹੈ ਉਹਨੂੰ 15000 ਦੀ ਇੰਡਾਇਰੈਕਟ ਸਬਸਿਡੀ ਯੂਰੀਆ ਡੀਏਪੀ ਦੀ ਗੌਰਮੈਂਟ ਦੇ ਰਹੀ ਹੈ ਜੇ ਗੌਰਮੈਂਟ ਚਾਏ ਜਾ ਸਰਕਾਰ ਸੈਂਟਰ ਜਾਂ ਪੰਜਾਬ ਸਰਕਾਰ 15000 ਰੁਪਏ ਇੱਕ ਫਾਰਮਰ ਨੂੰ ਦੇ ਦੇ ਇਕਲੇ ਦਾ ਛੋਟੇ ਫਾਰਮਰ ਨੂੰ ਉਹਨੂੰ ਕਹਦੇ ਤੂੰ ਜੇ ਕੈਮੀਕਲ ਨਾ ਪਾ ਇਹ ਤੋਂ ਕਾਰਬਨ ਕ੍ਰੈਡਿਟਰੀ ਰਹੇ ਰੁੱਖ ਲਾਏਗਾ ਜ਼ਮੀਨ ਧਰਤੀ ਮਾਤਾ ਦੀ ਸੇਵਾ ਕਰੇਗਾ ਹੈ ਜੀਵ ਜੰਤੂ ਪੈਦਾ ਹੋਣਗੇ ਤੋਂ 15000 ਰੁਪਏ ਉਹਨੂੰ ਨਿਚਲੀ ਸਪੋਟਿੰਗ ਕੇ ਲਿਏ ਮਗਰ ਕਰੇ ਮੈਨੂੰ ਲੱਗਦਾ ਪੂਰਾ ਪੰਜਾਬ ਜੈਵਿਕ ਸਾਹਜ ਅੰਦਰ ਹੋ ਸਕਦਾ ਹੈ ਇੰਨੀ ਹੈ ਕਿਉਂ ਪੰਜਾਬ ਦੇ ਮਿਹਨਤ ਕਿਸਾਨ ਹੈ ਨਾ ਯੂਰੀਆ ਦੇ ਕੈਮੀਕਲ ਕੰਪਨੀਆਂ ਦੇ ਚੱਕਰ ਦੇ ਵਿੱਚ ਅੱਜ ਬੀਜ ਹੀ ਨਹੀਂ ਰਿਹਾ 99% नाइन परसेंट फार्मर को बीज नहीं अपना ना कनक का ना, ना सब्जियाँ का और अभी तो सारा बीज अपना खुद है छोटिया बैठिया कर छोटे स्केल अभी मैं बता रही थी जैसे आपको कि भी हमारे सबसे बड़ी पंजाब की यही है आज आप कह रहे हो ना जैसे आ, कोई चीज़ चाहिए तो पाकिस्तान की फुलकारी लो हमारी फुलकारी कहाँ गई हमारे खेस दौर कहाँ गए हमारी दरियाँ कहाँ गई हम लोगों ने सारे वक्त करने छोड़ दिए अब मैं कॉटन इन्होंने कॉटन पैदा करी अब मुझे उसका ऑप्शन नहीं मिला कि कॉटन का करूँ क्या मैं कॉटन की मुझे कोई दरी खेस बनाने वाला नहीं मिल रहा सूत काटने वाला नहीं मिल रहा ऑर्गेनिक कॉटन को मार्केट में बेचूं कैसे लास्ट में मेरे को वो जयपुरी रज़ाई बना के ऑर्गेनिक कपड़ा लेके रजाई बेचनी पड़ी तो हमारे पास औरतों के पास बहुत सारे काम हैं आप कह रहे हो जैसे जो भी चीज़ खेत में आती है उसको प्रोसेसिंग करके आप अगर मार्केट में लाते हो तो आप कह रहे हो जैसे औरतों ने बहुत सारी चीजें बना सकते हैं हमारी सारी चीजें जीरो हो गई आपका गुआचता है, वो दा है। की क्योंकि पशु सामात आज जो ये कह रहे हैं ना मेन खेती का है सारा पशुधनी है पहले गाय को माता क्यों कहा जाता था मुझे एक बच्चे ने बड़ा अच्छा क्वेश्चन पूछा था ईवीस में बच्चे आते हैं तो उन्होंने बोला कि इसमें छत्तीस करोड़ देवी देवता दिखाओ उस बच्चे का क्वेश्चन था तो बाद में पता चला है, इसके साइंस के हिसाब से छत्तीस करोड़ छेद है जो ऑक्सीजन देते हैं तो ये हमारी गायें ऐसी चीजें थी हमारे पशुधन जो बोल रहे हो ये मेन चीज थी ये लेडीज ही संभालती थी जेंट्स खेत में चला जाता था वही वाली बात है हरा हर पट्टा ला दिया औरत ने दूध निकालना घी करना उसने सब कुछ करना तो गायें ही फार्मिंग के साथ साथ उसकी एक कमर हो पूरी बैकग्राउंड होती है आप आज कह रहे हो ना गोदन गाय के घी से मैं इतनी इनकम कर लेती हूँ कि भाई आपको आइडिया नहीं होगा क्योंकि उसका जैसे आप कह रहे थे दूध लस्सी सब ने पी लिया और उस घी से मैं अब चौबीसो रुपये किलो अगर मेरा घी बेच रहा है तो नसी के लिए नाक के लिए होता है आयुर्वेद में हिसाब से सब मेरे से ही मंगवाएंगे सारे आयुर्वेद वाले कितने भी बड़े सिरोधारा कर रहे हो लास्ट में मुझे कहेंगे जी आपका सामान भेजना जी हमें चाहिए मसाज के लिए चाहिए तो मुझे यहाँ तक कि रामदेव जी के गुरु जी भी कोई चीज़ भेजनी है इन वो भेजना मुझे तो मुझे पता है जब आपकी चीज़ ओरिजिनल और बहुत अच्छी है आप कह रहे ये पशुधनी देता है भारत की गाय दुनिया में सबसे सर्वोत्तम है क्योंकि ये सब तरह के न्यूट्रिशन खा के आती है गाय चर के आती ना तो बथुआ भी खाएगी आयरन कैल्शियम सब खाएगी और विटामिन डी लेती है सूर्य नाड़ी होती है इसमें तो सूर्य नाड़ी का मतलब सोन की मात्रा गोल्डन परसेंटेज तो अपने घी में सोने की मात्रा होती थी तो दुनिया में पहले अपन सोना जब लेते थे तो अपन घी दे के आते थे उसके बदले सोना देते थे तो इसका मतलब भारत का घी दुनिया में सबसे टॉप है सोने के बराबर है तो आज भी वही वैल्यू है पर आप पशुधन है कहाँ आपके कोई भी बड़े जमींदार ने क्यों नहीं है उसका कारण भी बता दूँ आप छोटे जमींदार बड़े अच्छे से रख सकते हो मेरे पास आज क्या आ रही है गाय का गोबर उठाने वाला नहीं मिल रहा यह तो मैं फॉरेन की तरह इतनी मॉडर्न हो जाऊं भी शावर सिस्टम रह जाऊं लेबर की जरूरत ही ना पड़े मुझे अब छोटा जमींदार ने तो उसकी वाइफ ने उठा के दो थेपड़ी बना लेनी एक अंडे बना लेने तो यूज़ कर लेने मेरे साथ आज क्या आ गया डोमेस्टिक में उसमें सर्वेंट्स की प्रॉब्लम ये आ गई कि लेबर गोबर के लिए तैयार नहीं हो रही अब इसको क्यों बुरा मान रही है मुझे नहीं पता आपने नरेगा दे दी नरेगा में उसको इतनी सारी फैसिलिटी दे दी कि वो मेरे पास वर्क करने को तैयार नहीं तो हम बड़े फार्मर तो इसलिए फेल हो गए कि आपने रोजगार हमसे छीन लिया और जो मैं ग्रामीण लेडीज़ लड़कियों को रोज़गार दे रही हूँ उनको मैं क्या होता है जैम बनाना सिखा रही हूँ अचार बनाना सिखा रही हूँ छोटी छोटी जो मेरे खेत में क्रॉप्स चीज़े है चीज़ें हैं उनसे मैं आपको ए, उसको प्रोसेसिंग करके प्रिजर्व हो जाती है प्रोसेसिंग का मतलब पहले अचार डाल लेते थे तो प्रोसेसिंग हो गया तो प्रिजर्व हो गया तो मैं इस तरह से सारी चीज़ें उनको प्रिजर्व करके आपको बता रही हूँ आपको अपने घर के लिए भी बच्चों को बोल रहे हैं भी आप अपनी बारह महीने कोई बाज़ार से चीज़ मतलाओ अचार बना लिया कोई सॉसेस बना ली कोई चीज़ें बना ली तो बच्चों का टेस्ट इस तरह से डेवलप हो गया कि आपकी घर की प्रोडक्ट ही खाए बाज़ार की चीज़ ही नहीं खाओ तो आपका इम्यूनिटी सिस्टम इतना स्ट्रांग है अभी भी आप देख रहे हो कोरोना काल में सबसे ज़्यादा शायद शहर महाराष्ट्र से बॉम्बे से लेके दिल्ली हुए गाँव में या कटेड़ा गाँव में ये भी कोरोना पेशेंट नहीं हुआ क्यों नहीं हुए कि हमारी इम्यूनिटी सिस्टम इतनी स्ट्रॉन्ग है गांव में हम सारे दिन घूम रहे हैं विटामिन डी ई सब मिल रहा है हम लोगों को अब ये कह रहे हैं आपके पंजाब के सबके जॉइंट पेन हो रहे हैं मैं एक दिन राजस्थान में बोला इनके जॉइंट पेन क्यों नहीं हो रहे कह जी बाजरी खा रहे हैं मैंने कहा हमारी तो गर्मियों में गर्म करती कि नहीं आपको राबड़ी और तासीर बनानी नहीं आती इसकी आयुर्वेद के हिसाब से तासीर बदल जाती आयरन की कैल्शियम की तासीर बदल लो उसको ठंडी तासीर में लिया है उसको उन्होंने जैसे आपका फॉर्मटेशन करके इसको फिर इसको कड़ी की तरह बना लेते हैं तो उसको राबड़ी होते हैं तो चाहे कितनी भी गर्मी लू हो उसको लस्सी में मिला के पिला के भेज दो आप उसको कभी गर्मी नहीं लगेगी तो उसकी तासीर बदल देते हैं तो वो भी एक प्रिजर्वेशन सिस्टम है क्या आपने उसको बना के रख दिया बाजरी की खिचड़ी है उसको बना के रख दिया उसको सात दिन तक रखे रखो उसमें पता नहीं क्या आयुर्वेद के हिसाब से वो फर्मिटेड नहीं ये कई चीज़ें ऐसी होती हैं जो नेचुरल तरीके से लेडीज़ बनाती है ये सबको छोटी महिलाओं को स्पेशली गांव की औरतों को ये नहीं है आप पिज़्ज़ा ब्रेड खिलाओ जिसमें कुछ भी नहीं न्यूट्रिशन वैल्यू सारी न्यूट्रिशन आपकी किस में थी आयरन कैल्शियम वगैरह जैसे बाजरी मक्की गेहूँ गेहूँ का छिलका उतार देते हैं मैदा खा रहे हो आप मेन तो उसका दलिया था उसकी विटामिन आयरन कैल्शियम उसमें थी आपकी ताकत नहीं है अब एक दिन ये बोल रहे हमारा एक लड़का आराम से एक क्विंटल ऐसे उठा के चल जाता है लेबर क्लास क्योंकि वो मेरे पास से फूड खा रहा है मैं अपने सारे स्टाफ को खुद खाना इसलिए देती हूँ ये कह रहे हैं जैसे जानी साहब आपका स्टाफ अगर हेल्दी वेल्दी है तो आपके काम चल रहा है हम सब हेल्दी वेल्दी हैं एक बार माता को थोड़ा सा हार्ट की प्रॉब्लम होगी तो इनके फ्रेंड बड़े अच्छे डॉक्टर हैं फाजिल का में तो फ्री में उन्होंने एडमिट कराया तीन दिन बाद बोला कि जी हो सकता है इनका बाईपास करने पड़े वो करें किसी ना के आयुर्वेद वाले ने बोला अर्जुन की छाल पिला दो अब गांव वालों को यह भी नहीं पता कितनी पिलानी होती है उसको लेबर को बोला लिया हो वहाँ अर्जुन की छाल मिलती है नहर के पास तो वो एक कट्टा भर के लिया आया मुझे बनाना नहीं आता मेरे को अब तो आयुर्वेद वाला में नेट पे सब फैसिलिटी है मैंने उसको काढ़ा बना के दे दिया इतने सारे अर्जुन की छाल डाल के इतना काढ़ा बना के पिला दिया कप के चाय के हिसाब से सात दिन बाद बोला वो डॉक्टर कहते भाभी जी आप मेरे बिजनेस फेल करोगे क्या वो तो मैंने आपसे पैसे नहीं लिए थे ये फ्री में दिया था कोई हार्ट के आस ही नहीं है अर्जुन की छाल वर्ल्ड में हेल्दी चीज़ थी और आपके सारे नहरों पे लगी हुई है पर किसी को नॉलेज ही नहीं है कोई पीता ही नहीं सुबह उठते ही चाय पिला दो जी कोई अर्जुन की छाल पी रहा है किसी को हार्ट की प्रॉब्लम नहीं हो सकती आपके ये कह रहे हैं जैसे डायबिटीज है अभी आपने देखा बाहर उसका पत्ता था गुलमार का अब उससे सात दिन खा लो उसके बाद आपको शुगर खत्म हो जाती है आपके पास इतने हर्बल प्रोडक्ट्स हैं आप अगर उनको कच्चा ही खा लो ना तो भी आप हेल्दी वेल्दी हो जाओ एक ऐड करना चाहते होते आप कनक खा रहे हैं ਪੁਰਾਣੇ ਟਾਈਮ ਬੰਦਾ ਸਿੰਘ ਬਾਦੂ 60 ਕਿਲੇ ਦੀ ਤਲਵਾਰ ਦੇ ਨਾਲ ਲੜਦਾ ਸੀ ਨਾ ਉਹ ਰੋਜ਼ ਝੜਕੇ ਲੇਡੀਜ਼ ਹੱਥ ਦੀ ਚੱਕੀ ਨਾਲ ਆਟਾ ਪੀਸ ਕੇ ਆਟਾ ਖਾਂਦਾ ਸੀ ਆਟੇ ਦੀ ਨਿਊਟ੍ਰੀਸ਼ਨ ਵੈਲਿਊ 12 ਦਿਨ ਹੀ ਰਹਿੰਦੀ ਹੈ 12 ਦਿਨ ਤੇ ਪਹਿਲੇ ਦਿਨ ਦਾ ਆਟਾ ਹੈਲਥੀਐਸਟ ਹੈ ਔਰ 12ਵੇਂ ਦਿਨ ਦਾ ਕਮਜ਼ੋਰ ਹੈ 12 ਦਿਨ ਬਾਅਦ ਜ਼ੀਰੋ ਵੈਲਿਊ ਹੈ ਆਪਕਾ ਕਹਿੰਦਾ ਆਟਾ ਸਾਰੇ ਖਾਰੇ ਕੀ ਮਹੀਨੇ ਚਾਰਤੇ ਮੈਨੇ ਪੁਰਾਣਾ ਤੋਂ ਆਟਾ ਫਰੈਸ਼ ਖਾਓਗੇ ਕਰਕ ਦੇ ਨਾਲ ਬਹੁਤ ਤਾਕਤ ਹੈ ਅਸੀਂ ਹੁਣ ਆਪਦੇ ਇਹ ਵੀ 5-7 ਦਿਨ ਚੱਲਦਾ ਆਟਾ ਹੀ ਪੀਸਦੇ ਆ ਉਸ ਦੇ ਅੰਦਰ ਤਾਕਤ ਆਂਦੀ ਹੈ ਤੇ ਪ੍ਰੋਸੈਸਿੰਗ ਜਿਹੜਾ ਪੁਰਾਣੀ ਕਲਾ ਸੀ ਆਪਣੇ ਘਰਾਂ ਦੇ ਵਿੱਚ ਹਲਦੀ ਨੂੰ ਕਿਵੇਂ ਬਣਾਉਣਾ ਮਰਬਾ ਬਣਾਉਣਾ ਅਚਾਲਸੀ ਦੀ ਪਿੰਨੀ ਅਲਸੀ ਕਹਿੰਦਾ ਹਟਵਾਦੇ ਸਾਰੋਂ ਸਟਰੋਂਗ ਹੈ ਅਲਸੀ ਦੀ ਪਿੰਨੀ ਪੰਜਾਬ ਦੀ ਫੇਮਸ ਸੀ ਪਰ ਪੰਜਾਬ ਨੇ ਅਲਸੀ ਕੋਈ ਵੀਜ਼ੇ ਨਹੀਂ ਹੈ ਆ 20 30 ਸਾਲਾਂ ਨਾਲ ਅਲਸੀ ਵੀ ਨਿਕਲੀ ਪੰਜਾਬ ਦੇ ਵਿੱਚ ਪਿੰਨੀ ਤਾਂ ਹੋਣੀ ਕਿੱਥੋਂ ਤੇ ਇਹ ਜੀ ਚੀਜ਼ਾਂ ਜਿਹੜੇ ਨਿਊਟ੍ਰੀਸ਼ਨ ਲੇਡੀਜ਼ ਕੋਲ ਜਿਹੜਾ ਆਪਣੇ ਪੀੜੀ ਦਰ ਪੀੜੀ ਗਿਆਨ ਚੜਾ ਆ ਜਾਂਦੀ ਹੈ ਹੈਲਥ ਵਾਸਤੇ ਅੱਛਾ ਐਵੇਂ ਜਿਹੜੇ ਪ੍ਰਾਣੀ ਜੀ ਪਹਿਲੇ ਹਰ ਘਰ ਦੇ ਅੰਦਰ ਤુલਸੀ ਦਾ ਹੀ ਫਾਰਮ ਸੀ ਮਰਵਾ ਮਰਵਾ ਦਾ ਬੁਟਾ ਪਿੱਛੇ ਬੈਕਗ੍ਰਾਉਂਡ ਇੱਥੇ ਲੱਗੇ ਹੈ ਉਹ ਐਪੀਸੀ ਸਾਰੇ ਪੇਨ ਕ્યોਰ ਕਰਦੇ ਸੀ। ਔਰ ਸਾਰੀ ਲੇਡੀਜ਼ ਨੂੰ ਮਾਤਾਂ ਨੂੰ ਪਿੱਡੀ ਦਰ ਪਿੱਡੀ ਗਿਆਨ ਸੀ। ਅੱਜ ਕੋਈ ਨਹੀਂ ਦੱਸ ਸਕਦਾ ਕਿ ਆਪ ਹਲਦੀ ਕਦੋਂ ਸ਼ੁਰੂ ਕੀਤੀ ਹੈ। ਹਲਦੀ ਹਜ਼ਾਰਾਂ ਸਾਲੋਂ ਖਾਰੇ ਹਨ। ਉਹਦਾ ਨਾ ਟੇਸ ਹੈ ਨਾ 스మెਲ ਹੈ ਕਿਉਂ ਖਾਰੇ ਹਨ? ਸਾਰੋਂ ਜ਼ਿਆਦਾ ਐਂਟੀਬਾਇਟਿਕ ਹੈ। ਬਟ ਅੱਜਕੱਲ ਕੀ ਹਲਦੀ ਬਾਜ਼ਾਰ ਦੇ ਅੰਦਰ ਆ ਰਹੀ ਹੈ? ਤਾਂ ਦਾ ਕੋਈ ਨਹੀਂ ਬੀਜ ਰਿਹਾ ਕਿਸਾਨ। ਬਾਜ਼ਾਰੋਂ ਲੈ ਰਿਹਾ ਤਾਂ ਉੱਥੇ ਕੀ ਹੈ ਇਹਦਾ ਕੁਰੀਕਮਨ ਹੈ ਜਿਹੜਾ ਐਂਟੀਬਾਇਟਿਕ। ਉਹ ਕੰਪਨੀਆਂ ਕੱਢ ਕੇ ਹਲਦੀ ਦਾ ਬੇਸ ਰੰਗ ਪਾ ਕੇ ਦੇ ਰਹੀ ਹੈ ਤੇ ਐਂਟੀਬਾਇਟਿਕ ਆਨੇ ਕਿਤੋਂ? ਕਰ ਕਸਾਨਾਂ ਨੂੰ ਟ੍ਰੇਨਿੰਗ ਵੀ ਦਿੰਨੇ ਹੋ ਤੁਸੀਂ ਹਾਂ ਅਸੀਂ ਇੱਥੇ ਜਦੋਂ ਸ਼ੁਰੂ ਕੀ ਕੀਏ 2015 ਅੰਦਰ ਸਾਡੇ ਘੱਟੋ ਘੱਟ ਇੱਥੇ 30 40 ਮੀਟਿੰਗ ਹੋਈ ਹੈ ਜਿਹੜੇ ਵੱਡੇ ਪੱਧਰ ਤੇ ਮਨੋਰ ਬਾਪਰੂਚਰੇ ਸੁਭਾਸ਼ ਪਾਲਿਕਾ ਜੀ ਸੁਭਾਸ਼ ਸ਼ਰਮਾ ਕਵਿਤਾ ਗਰਗੁਨ ਤੇ ਲਿੱਪਕਸ ਜੀ ਡਾਕਟਰ ਹਿਨਾਤ ਕਾਸ਼ੀਗਨੇਸ਼ ਉਂਡੀਆ ਮਰ ਬਾਰੂ ਬੜੇ ਵਿਦਵਾਨ ਆਏ ਬੜੇ ਕਿਸਾਨਾਂ ਨੂੰ ਕਾਲ ਕਰਕੇ ਇਹ ਸੀ ਮੀਟਿੰਗ ਕਰਦੇ ਰਹੇ ਹਨ ਵੀ ਜਿਹੜੇ ਸੈਂਟਰ ਗੋਵਰਨਮੈਂਟ ਸਕੀਮ ਹੈ ਪੰਡਿਤ ਦੀਨਦয়াল ਉਪਾਦੇ ਉਨਿਤ ਕਿਸਾਨੀ ਸਿੱਖਿਆ ਯੋਜਨਾ ਉਹਦੇ ਸਾਡਾ ਅਮਰੀਕਾ ਨਹੀਂ ਦੇ ਕਿਸਾਨਾਂ ਨੂੰ ਅਸੀਂ ਫ੍ਰੀ ਨੇ ਟ੍ਰੇਨਿੰਗ ਦਿੰਦੇ ਆ ਤੇ ਗਵਰਨਮੈਂਟ ਸਾਨੂੰ ਪੇ ਕਰਦੀ ਹੈ ਉਹਦੇ ਬਾਅਦ ਜਿਹੜੇ ਐਗਰੀਕਲਚਰ ਦੇ ਸਟੂਡੈਂਟਸ ਹੈ ਬਾਬਾ ਇਸਰ ਸਿੰਘ ਗਰੁੱਪ ਆਫ ਕਾਲਜ ਮੋਗਾ ਫਰੋਸ਼ਾ ਗਰੁੱਪ ਆਫ ਕਾਲਜ ਫਰੋਜ਼ਪੁਰ ਇਹ ਦੇਸ਼ ਕਾਲਜ ਫਰੀਦਕੋਟ ਮੁਖਸਰ ਸਾਹਿਬ ਔਰ ਦੇਵਰਾਜ ਕਾਲਜ ਐਨ ਇਹ ਸਟੂਡੈਂਟਸ ਬਾਕੀ ਅੰਮ੍ਰਿਤਸਰੋਂ ਜਲੰਧਰੋਂ ਚੰਡੀਗੜ੍ਹੋਂ ਐਗਰੀਕਲਚਰ ਇੱਕ ਮੰਡੀ ਰੈਜ਼ੀਡੈਂਸ਼ੀਅਲ ਇੰਟਰਨਸ਼ਿਪ ਦਿੰਦੇ ਸੀ ਇੱਥੇ ਸਟੂਡੈਂਟਸ ਨੂੰ ਰੱਖ ਕੇ ਇੱਕ ਮੈਨੇ ਟ੍ਰੇਨਿੰਗ ਦਿੰਦੇ ਆ ਉਹਨਾਂ ਨੂੰ ਸਟੂਡੈਂਟਸ ਨੂੰ ਬੀਏ ਸੀ ਐਗਰਿਕਲਚਰ ਫਾਈਨਲ ਦੇ ਔਰ ਮੰਨੋ ਵੀ ਸਾਡੇ ਜਿਹੜੇ ਸਟੂਡੈਂਟਸ ਪੜ੍ਹ ਕੇ ਗਏ ਸਾਰੇ ਕਾਮਯਾਬ ਹੋ ਗਏ ਸਾਡੇ ਔਰ ਇੱਥੇ ਜਿਹੜੇ ਕਿਸਾਨ ਯਾਨੀ ਕੱਲ ਵੀ ਤੁਹਾਡੇ ਇੱਥੇ ਗਿੱਦਰ ਬਾਉਂ ਤੋਂ ਪੰਜ ਸੱਤ ਕਿਸਾਨ ਆਏ ਜਦੋਂ ਕਿਸਾਨ ਵਿਜ਼ਿਟ ਕਰਦੇ ਕਿਉਂ ਸਾਡੇ ਕੋਲ ਲੌਕਡਾਊਨ ਤੋਂ ਪਹਿਲੇ 40000 ਵਿਜ਼ਿਟਰਸ ਪੂਰੇ ਸਾਲ ਦੇ ਅੰਦਰ ਆਏ। ਤਾਂ ਜਦੋਂ ਵੀ ਕਿਸਾਨ ਅੰਦਰ ਕਿਸੇ ਦੇ ਨਾਲ ਮੈਂ ਖੇਤ ਦੇ ਅੰਦਰ ਨਾਲ ਹੀ ਜਾਂਦਾ ਹਾਂ। ਪਤਾ ਲੱਗ ਜਾਏ ਕਿਸਾਨ ਹੈ ਫਿਰ ਪੂਰੇ ਖੇਤ ਦੇ ਅੰਦਰ ਘੁੰਮਦਾ ਹਾਂ। ਕਿਉਂ ਜਿਹੜੇ ਅਤਿੱਤੀ ਹੁੰਦੇ ਨਾ ਆਪਣੇ ਪਰ ਜਾਂਦੇ ਅਤਿੱਤੀ ਦੇਵ ਸੁਭਾਵ। ਦੇਵ ਮਤਲਬ ਦੇਵਤਾ ਦੇਣੇ ਵਾਲਾ। ਤਾਂ ਅਤਿੱਤੀ ਜਿਹੜਾ ਆਉਂਦਾ ਗਿਆਨ ਦੇ ਕੇ ਜਾਂਦਾ ਲੇ ਕੇ ਕੁਝ ਨਹੀਂ ਜਾਂਦਾ। ਤਾਂ ਮੈਂ ਸਾਰੇ ਮਹਿਮਾਨਾਂ ਨੂੰ ਇੱਥੇ ਅਤਿੱਤੀ ਦੇਵ ਸੁਭਾਵ ਦੇ ਨਾਲ ਕਰਦਾ ਹਾਂ। ਤਾਂ ਕਿਸਾਨ ਮੇਰੇ ਨਾਲ ਪੂਰਾ ਫਾਰਮ ਵਿਜ਼ਿਟ ਕਰੇਗਾ। ਉਹ ਆਪ ਦੇ ਚਾਹੇ ਉਹਦੋਂ ਵਾਲੀ ਲੈ ਕੇ ਜਾਏ ਕੋਈ ਨਾ ਕੋਈ ਗੱਲ ਨਾ ਦੱਸ ਕੇ ਜਾਏ ਕੱਲ ਜਿਹੜੇ ਫਾਰਮਰ ਆਈ ਸੀ ਦੋ ਤਿੰਨ ਜਿਹੜੇ ਬੜੀ ਸੋਹਣੀ ਗੱਲਾਂ ਦੱਸ ਕੇ ਗਈ ਸੀ ਛੋਨੇ ਦੇ ਫਾਰਮਰ ਸੀ ਹੈ ਤੇ ਉਹ ਦੱਸ ਕੇ ਵੀ 9 ਇੰਚ ਦੇ ਬਣਾਓ ਤੇ ਆਹ ਮਸ਼ੀਨ ਬਣੀ ਤੇ ਸੰਗਰੀਆ ਬਣਾਉਂਦੇ ਆ ਉਹਦੇ ਨਾਲ ਤੁਹਾਨੂੰ ਇਹ ਸੇਵਿੰਗ ਹੋ ਜਾਏਗੀ ਕਾ ਕੋ ਨਹੀਂ ਹੁੰਦਾ ਤਾਂ ਹਰ ਕਿਸਾਨ ਨੌਲੇਜ ਹੈ ਜਿਹੜਾ ਨੌਲੇਜ ਇੱਥੇ ਮੈਨੂੰ ਕੋਲ ਆਂਦੇ ਸਾਡਾ ਪੂਰੇ ਫਾਰਮ ਦਾ ਕਾਮਯਾਬੀ ਕੀ ਅਸੀਂ ਦੂਜੇ ਦਿਨ ਖੇਤ ਤੇ ਲਾਗੂ ਕਰ ਦਿੰਦੇ ਆ ਵੇਟ ਨਹੀਂ ਕਰਦੇ ਕੋ ਜਿਹੜਾ ਮਹਿਮਾਨ ਕੁਝ ਨਾ ਕੋਈ ਤੁਹਾਨੂੰ ਦੇਖ ਕੇ ਜਾਏਗਾ ਤਾਂ ਯਾਤਤੀ ਦੇਵ ਸੋ ਬਬਨੋ ਮੇਰਾ ਮੇਰਾ ਲਾਸਟ ਸਵਾਲ ਹੈ ਉੱਤਮ ਖੇਤੀ ਹੈ ਖੇਤੀ ਨਾਲ ਦਾ ਕੋ ਕੰਮ ਹੈ ਨਹੀਂ ਨੌਕਰੀ ਤੋਂ ਵੀ ਅੱਗੇ ਉੱਤਮ ਖੇਤੀ ਖੇਤੀ ਉੱਤਮ ਹੈ ਖੇਤੀ ਕਿਉਂਕਿ ਤੁਸੀਂ ਤੁਹਾਡੇ ਵਾਸਤੇ ਪੈਦਾ ਕਰਿਓ ਆਪਾਂ ਇਸੇ ਦੁਨੀਆ ਤੇ ਆਏ ਆਂ ਚੰਗੀ ਖੁਰਾਕ ਖਾਵਾਂਗੇ ਤਾਂ ਜਿੰਮੇ ਜੀਵਾਂਗੇ ਸਾਫ਼ ਸੁੱਤੇ ਜੀਵਾਂਗੇ ਦੀ ਬਿਮਾਰ ਨਹੀਂ ਹੋਵਾਂਗੇ ਅੱਜ ਕੱਲ੍ਹ ਦੇਖੋ ਤਾਂ ਆ ਕਿੱਥੋਂ ਕੇ ਖਾਣਾ ਕਿੱਥੋਂ ਆਣਾ ਹੈ ਖੇਤੋਂ ਆਨੇ ਹੈ ਐ ਇਸੇ ਉੱਤਮ ਕੋਈ ਕਮ ਹੋਈ ਨਹੀਂ ਸਕਦਾ ਤੁਸੀਂ ਆਪ ਵੀ ਖਵਾ ਰਹੇ ਹੋ ਤਾਂ ਅੰਦਾਤਾ ਮਤਲਬ ਜਿਹੜਾ ਅੰਨ ਖਵਾਏ ਅੱਜ ਕੱਲ੍ਹ ਕਿਸਾਨਾਂ ਨੂੰ ਕੰਪਨੀਆਂ ਨੇ ਜ਼ਹਿਰ ਖਾਣ ਤੇ ਲਾਤਾ ਹੁਣ ਕੋਈ ਕਿਸਾਨ ਜਿਹੜੇ ਕੈਮੀਕਲ ਗੇਰ ਉਹ ਅੰਦਾਤਾ ਨਹੀਂ ਹੈ ਉਹ ਜ਼ਹਿਰ ਖਿਲਾ ਰਹੇ ਐ ਤੇ ਕੰਪਨੀਆਂ ਗਿਰਾਰੀ ਸਰਕਾਰ ਸਬਜ਼ੀ ਦੇ ਰਿਓਦੇ ਉਤੇ ਸਾਰੇ ਖਾਨ ਵਾਲੇ ਬਿਮਾਰ ਕਿਸਾਨ ਬਿਮਾਰ ਹੈ ਕਿਸਾਨ ਕਰਜਾਈ ਕੰਪਨੀਆਂ ਕਮਾਰੀਏ ਪਹਿਲੇ ਦਿਨ ਬੀਜ ਵੇਚ ਰਹੀਏ ਬੀਜ ਲੈ ਕਮਾਲੀਆ ਹੈ ਬੀਜ ਸਾਰੇ ਕੰਟਰੋਲ ਕਰਿਆ ਅਮਰੀਕੀਆਂ ਨੇ ਸਾਰੇ ਨੇ ਆਪਣੇ ਕੋਲ ਕਿਸਾਨ ਕੋਲ ਬੀਜ ਨਹੀਂ ਰਹਾ ਫਿਰ ਕੈਮੀਕਲ ਜ਼ਹਿਰ ਜ਼ਹਿਰ ਉਸੇ ਗੌਰਮੈਂਟ ਸਬਜ਼ੀ ਦੇ ਰਹੀਏ ਕਿਉਂ ਨਾ ਜੈਵੀ ਖੇਤੀ ਕਿਸਾਨ ਕਰਦੇ ਉਹਨਾਂ ਨੂੰ ਕੁਝ ਦੋ ਤੇ ਪੂਰਾ ਪੰਜਾਬ ਦੇ ਕਿਸਾਨ ਅਜ ਤਿਆਰ ਹੈ ਸਾਨੂੰ ਚੰਗਾ ਕੋਈ ਸਰਕਾਰ ਆਏ ਇੱਕ ਦਿਨ ਦੇ ਅੰਦਰ ਪੂਰਾ ਪੰਜਾਬ ਜੈਵਿਕ ਹੋ ਸਕਦਾ ਹੈ ਆ ਮੈਨੂੰ ਵਿਸ਼ਵਾਸ ਹੈ ਮੈਂ ਕਰਕੇ ਦਿਖਾਤਾ ਤੇ ਆ ਹੋ ਸਕਦਾ ਪੰਜਾਬ ਦੇ ਅੰਦਰ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਟਾਈਮ ਦਿੱਤਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਅਬਨੋਜ ਜਨਾਨੀ ਜੀ ਤੇ ਇਹਨਾਂ ਦੀ ਵਾਈਫ ਨਾਲ ਗੱਲਬਾਤ ਕਰਕੇ ਬੜਾ ਚੰਗਾ ਲੱਗਿਆ ਕਿਉਂਕਿ ਆਰਗੈਨਿਕ ਫਾਰਮਿੰਗ ਕਹਿਣਾ ਤੇ ਉਹਨੂੰ ਮੇਨਟੇਨ ਰੱਖਣਾ ਔਖਾ ਹੈ 2005 ਤੋਂ ਲੈ ਕੇ ਲੱਗੇ ਹੋਇਆ ਮੈਂ ਇਹਨਾਂ ਨੂੰ ਸਵਾਲ ਵੀ ਕੀਤਾ ਸੀ ਵੀ ਅਸੀਂ ਕਿਵੇਂ ਮੰਨ ਲਈਏ ਤੁਹਾਡਾ ਜਿਹੜੀ ਉਪਜਾਏ ਉਹ ਆਰਗੈਨਿਕ ਹੈ ਇਹਨੇ ਖਾ ਕੇ ਦੇਖੋ ਤੁਹਾਡੀ ਜੀਬ ਹੈ ਜਿਹੜੀ ਉਹ ਸੈਂਸਰ ਬੋਰਡ ਹੈ ਟੈਸਟਿੰਗ ਰਿਪੋਰਟ ਜੀਬ ਦੀ ਹੈ ਇਹ ਅੰਦਰ ਦੀ ਵੀ ਹੈ ਸੋ ਇਸ ਫਾਰਮ ਤੇ ਆਓ ਤੇ ਫਾਰਮਿੰਗ ਦੇ ਨਾਲ-ਨਾਲ ਟੂਰਿਜ਼ਮ ਨਾਲ ਵੀ ਜੋੜਿਆ ਹੋਇਆ ਇਹਨਾਂ ਨੇ ਇਹ ਵੀ ਦੇਖ ਕੇ ਜਾਓ ਸੋ ਇੱਥੇ ਦੇਖ ਕੇ ਸਵਾਲ ਵੀ ਕਰੋ ਚਿਬਣਾ ਨਾਲ ਚਿਬਣਾ ਦੀ ਜਿਹੜੀ ਫਿਲਾਸਫੀ ਉਹ ਵੀ ਜਾਣਨ ਦਾ ਮੌਕਾ ਮਿਲੂਗਾ ਤੇ ਅਸੀਂ ਚਿਬੜ ਜਿਹੜੇ ਗੈਪ ਵੀ ਕਰਦੇ ਹੈਡਸੈਟ ਗੈਪ ਕਰਤੀ ਸਦਾਬਾਰ ਫੁੱਲ ਗੈਪ ਕਰਤੀ ਨੈਮਿਕ ਗੈਪ ਕਰਤੀ ਟਾਲੀ ਗਈ ਇਸ ਸਾਰੀਆਂ ਚੀਜ਼ਾਂ ਇਹਨਾਂ ਕੋਲੋਂ ਗਿਆਨ ਪ੍ਰਾਪਤ ਕਰਕੇ ਆਓ ਸ਼ੁਰੂ ਕਰੀਏ ਇਹ ਵੀ ਕਹਿੰਦੇ ਆ ਉੱਤਮ ਖੇਤੀ ਹੈ ਕਮਾਈ ਕੀਤੀ ਜਾ ਸਕਦੀ ਹੈ ਦਿਓ ਦਾਦਤ ਫਿਰ ਮਿਲਾਂਗੇ ਸਸਕਾਰ